language kakacha, language kiki. E moka, secluse ta. Te bulane ki rashi chalde bude. O bude sir pichhe bekh sakde. ਇਸ ਪਿੱਛੇ ਜੇ ਮੈਂ ਗੱਲ ਕੋਈ ਪਿੱਛੇ ਨਹੀਂ ਕਰਾਂ ਤਾਂ ਮਾਫ਼ ਕਰ ਦੇ ਕਿਉਂਕਿ ਅਗਲਾ ਤਾਂ ਮੈਨੂੰ ਪਤਾ ਹੀ ਕੋਈ ਨਹੀਂ ਹੁੰਦਾ ਅਗਲਾ ਚਾਹ ਵੀ ਆਉਣਾ ਕਿ ਨਹੀਂ ਆਉਣਾ ਮੈਨੂੰ ਯਾਦ ਆਉਂਦਾ 1949 ਵਿੱਚ ਤਦ ਮੈਂ ਸਟੂਡੈਂਟ ਸਾਂ ਮੈਡੀਕਲ ਕਾਲਜ ਪੜ੍ਹਦਾ ਸਾਂ ਫਾਈਨਲ ਈਅਰ ਸਾਂ ਅਤੇ ਨਾਲ ਹੀ ਮੈਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਦਾ ਮੈਂਬਰ ਸਾਂ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪ੍ਰਧਾਨ ਸੀ ਅਸੀਂ ਸੋਚਿਆ ਵੀ ਟ੍ਰੇਨਿੰਗ ਕੈਂਪ ਖੋਲ੍ਹੀਏ ਬੱਚਿਆਂ ਵਾਸਤੇ ਤਾਂ ਕਿ ਅਸੀਂ ਇੱਕ ਨਵੀਂ ਲੀਡਰਸ਼ਿਪ ਪੈਦਾ ਕਰ ਸਕੀਏ ਜਿਹੜੇ ਕਿ ਲੋਕਾਂ ਨੂੰ ਨਸੀਹਤ ਦੇ ਸਕਣ ਆਪਣੇ ਮਤ ਵਾਸਤੇ ਤਿਆਰ ਕਰ ਸਕਣ ਜਿਹੜੇ ਕਿ ਇੰਸਪਾਇਰ ਕਰ ਸਕਣ ਸੋ ਮੈਨੂੰ ਮੇਰੇ ਦੋਸਤਾਂ ਨੇ ਕਿਹਾ ਵੀ ਕੈਂਪ ਲਾਈਏ ਅਤੇ ਕੈਂਪ ਵਾਸਤੇ ਪੈਸੇ ਇਕੱਠੇ ਕਰਨੇ ਸੀ ਅਤੇ ਮੈਂ ਮਾਸਟਰ ਤਾਰਾ ਸਿੰਘ ਜੀ ਕੋਲ ਚਲਾ ਗਿਆ ਕਿਉਂਕਿ ਉਹ ਉਹਨਾਂ ਦਿਨ ਉਹ ਬੜੇ ਵੱਡੇ ਲੀਡਰ ਸੀ ਅਤੇ ਮਦਦ ਕਰਿਆ ਕਰਦੇ ਸੀ ਅਤੇ ਮੈਂ ਉਹਨਾਂ ਨੂੰ ਦੱਸਿਆ ਕਹਿਣ ਲਈ ਕਿ ਕੰਮ ਤਾਂ ਤੁਹਾਡਾ ਬਹੁਤ ਅੱਛਾ ਕਰੋ ਜ਼ਰੂਰ ਅਤੇ ਮੈਂ ਕਿਹਾ ਜੇ ਕੋਈ ਮਦਦ ਕਰੋ ਤਾਂ ਉਹਨਾਂ ਨੇ 100 ਰੁਪਏ ਦਾ ਨੋਟ ਕੱਢਿਆ ਅਤੇ ਮੈਨੂੰ ਫੜਾਇਆ ਮੈਂ ਸੋਚਿਆ ਕਿ 100 ਰੁਪਏ ਨਾਲ ਕਿਤੇ ਕੈਂਪ ਚੱਲ ਸਕਦਾ ਜਿੱਥੇ 50-60 ਬੱਚੇ ਹੋਣੇ ਆ ਅਤੇ ਮੈਂ ਮਾਸਟਰ ਜੀ ਨੂੰ 100 ਰੁਪਏ ਦਾ ਨੋਟ ਮੋੜ ਦਿੱਤਾ ਮੈਂ ਕਿਤੇ ਨਹੀਂ ਮਾਸਟਰ ਜੀ ਮੈਂ ਤੁਹਾਡੇ ਕੋਲੋਂ ਪੈਸੇ ਨਹੀਂ ਲੈਣ ਆਇਆ ਮੈਂ ਵਾਹਿਗੁਰੂ ਕੋਲੋਂ ਮੰਗ ਲਵਾਂਗਾ ਮੈਂ ਕਹਿਤਾ ਆਇਆ ਵਾਹਿਗੁਰੂ ਕੋਲੋਂ ਮੰਗ ਲਵਾਂਗਾ ਕਿਆ ਇਸ ਬਲ ਬੋਟੇ ਤੇ ਕਿ ਮੇਰੇ ਦਾਦੇ ਨੇ ਮੈਨੂੰ ਛੋਟੇ ਹੁੰਦਿਆਂ ਕਿਹਾ ਹੋਇਆ ਸੀ ਵੀ ਕਿਸੇ ਮੰਗਤੇ ਕੋਲੋਂ ਨਾ ਮੰਗੀ ਅਤੇ ਦੇਣ ਵਾਲਾ ਸਿਰਫ ਇੱਕੋ ਹੀ ਹੈ ਬਾਕੀ ਸਭ ਮੰਗਤੇ ਮੈਂ ਕਹਿਤਾ ਆਇਆ ਵੀ ਮੈਂ ਵਾਹਿਗੁਰੂ ਕੋਲੋਂ ਮੰਗ ਲਵਾਂਗਾ ਅਤੇ ਸਮਝ ਨਹੀਂ ਤੂੰ ਮੰਗਾਂਗਾ ਕਿਵੇਂ ਸਰਦਾਰ ਭਗਵੰਤ ਸਿੰਘ ਸਾਡੇ ਸੈਕਟਰੀ ਹੁੰਦੇ ਸੀ ਅਤੇ ਮੈਨੂੰ ਕਹਿਣ ਲੱਗੇ ਦਿਆਣੇ ਸਾਹਿਬ ਉਹਨਾਂ ਨੂੰ ਮੈਂ ਉੱਥੇ ਮਿਲਣ ਗਿਆ ਸੀ ਕਹਿਣ ਲੱਗੇ ਕੱਲ੍ਹ ਸਿੰਘ ਸਭਾ ਦੇ ਗੁਰਦੁਆਰੇ 'ਚ ਭਾਈ ਸੁਮਨ ਸਿੰਘ ਹੋਰਾਂ ਨੇ ਕੀਰਤਨ ਕਰਨਾ ਚਲੋ ਅਸੀਂ ਚੱਲ ਕੇ ਉੱਥੇ ਅਪੀਲ ਕਰਕੇ ਵੇਖ ਲਈਏ ਸੋ ਅਸੀਂ ਸਵੇਰੇ ਗੁਰਦੁਆਰੇ ਚਲੇ ਗਏ ਉਹਨਾਂ ਨੇ ਕੀਰਤਨ ਸੁਣਿਆ ਕੀਰਤਨ ਤੋਂ ਬਾਅਦ ਸੈਕਟਰੀ ਸਾਹਿਬ ਕੋਲ ਇਜਾਜ਼ਤ ਲੈ ਕੇ ਅਪੀਲ ਕੀਤੀ ਵੀ ਫਰਜ਼ ਤਾਂ ਸਾਡੇ ਮਾਪਿਆਂ ਦਾ ਸੀ ਸਾਨੂੰ ਸਿੱਖੀ ਸਿਖਾਉਣ ਪਰ ਹੁਣ ਕਿਉਂਕਿ ਅਸੀਂ ਵਾਂਝੇ ਰਹਿ ਕੇ ਸਾਂ ਇਹ ਫੈਸਲਾ ਕੀਤਾ ਕਿ ਆਪਸ ਚ ਰਲ ਕੇ ਅਤੇ ਕੋਸ਼ਿਸ਼ ਕਰੀਏ ਅਤੇ ਸਿੱਖੀ ਸਿੱਖ ਲਈਏ ਅਤੇ ਇਹਦੇ ਵਾਸਤੇ ਕੈਂਪ ਲਾਉਣ ਲੱਗੇ ਹਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਇਸ ਕੰਮ ਵਾਸਤੇ ਮਦਦ ਕਰੋ ਕੋਈ ਸਹਾਇਤਾ ਕਰੋ ਭਾਈ ਸਮੂਹ ਸਿੰਘ ਉਹਨਾਂ ਨੂੰ 50 ਰੁਪਏ ਉਸ ਵੇਲੇ 51 ਰੁਪਏ ਉਸ ਵੇਲੇ ਸਿੰਘ ਸਭਾ ਦੇ ਗੁਰਦੁਆਰੇ ਨੂੰ ਦਿੱਤੇ ਸਨ ਕੀਰਤਨ ਭੇਟ ਉਹਨੇ 50 ਆਪਣੀ ਜੇਬ ਚੋਂ ਕੱਢੇ ਅਤੇ 101 ਰੁਪਇਆ ਮੇਰੇ ਹੱਥ 'ਚ ਖੜਾਉਂਦੇ ਕਿਹਾ ਇਹ ਸਾਡੇ ਵੱਲੋਂ ਪ੍ਰਵਾਨ ਕਰੋ ਅਤੇ ਜਿੰਨੇ ਦਿਨ ਤੁਹਾਡਾ ਕੈਂਪ ਲੱਗੇਗਾ ਦੋਵੇਂ ਵੇਲੇ ਦੀ ਸ਼ਬਦ ਚੁੱਕੀ ਅਸੀਂ ਪੇਸ਼ ਕਰਾਂਗੇ ਉਹਨਾਂ ਦਾ ਇਹ ਕਹਿਣਾ ਸੀ ਸੰਗਤਾਂ ਨੇ ਪੈਸਿਆਂ ਦਾ ਢੇਰ ਲਾ ਦਿੱਤਾ ਅਤੇ ਮੰਨਣਾ ਗੱਲ ਇਹ ਕਿ ਜਿੰਨੇ ਪੈਸੇ ਉਹਨਾਂ ਨੇ ਢੇਰ ਲਾਏ ਸਾਡਾ ਖਰਚ ਨਾ ਉਹਦੇ ਕੋਲੋਂ ਤੇਲਾ ਵੱਧ ਹੋਇਆ ਅਤੇ ਨਾ ਤੇਲਾ ਘੱਟ ਹੋਇਆ ਇਹ ਵਾਹਿਗੁਰੂ ਕੋਲੋਂ ਮੰਗਿਆ ਸੋ ਇਹ ਪਹਿਲਾ ਸਬਕ ਮੈਂ ਉਦੋਂ ਸਿੱਖਿਆ ਸੀ ਤੇ ਮੰਗੋ ਤੇ ਵਾਹਿਗੁਰੂ ਕੋਲੋਂ ਮੰਗੋ ਉਹ ਦਿੰਦਾ
ਹੁਣ ਕੋਈ ਨਹੀਂ ਡੰਡਾ। ਦੂਜੀ ਗੱਲ ਯਹੂਦੀਆਂ ਦੀ ਗੱਲ ਹੋਈ, ਮੈਂ ਉਦੋਂ ਇੱਕ ਇੰਸਟੀਟਿਊਸ਼ਨ ਹੈ ਸਾਈਕਾਇਟ੍ਰਿਸਟ ਦੀ ਇੰਟਰਨੈਸ਼ਨਲ, ਉਹਦਾ ਉਦੋਂ ਆਨਰੇਰੀ ਸੈਕਟਰੀ ਸਾਂ। ਇੱਕ ਸਿਫਾਰਿਸ਼ ਆਈ ਵੀ ਫਲਾਣੀ ਔਰਤ ਹੈ ਉਹਨੂੰ ਤੁਸੀਂ ਆਪਣਾ ਰੋਵਿੰਗ ਅੰਬੈਸਡਰ ਬਣਾ ਲਓ, ਅਤੇ ਮੇਰੀ ਡਿਊਟੀ ਲੱਗੀ ਕਿ ਮੈਂ ਉਹਨੂੰ ਜਾ ਕੇ ਨਿਊਯਾਰਕ ਮਿਲਾਂ ਅਤੇ ਪਤਾ ਕਰਾਂ ਵੀ ਉਹਦੀ ਕੀ ਬੈਕਗਰਾਊਂਡ ਹੈ ਜਿਹੜੀ ਸਾਨੂੰ ਇਹ ਉਹਨਾਂ ਨੇ ਸਿਫਾਰਿਸ਼ ਕੀਤੀ ਮੈਨੂੰ ਰੋਵਿੰਗ ਅੰਬੈਸਡਰ ਬਣਾਉਣ। ਮੈਂ ਗਿਆ ਉਸ ਲੇਡੀ ਨੂੰ ਮਿਲਿਆ, ਉਹਨੂੰ ਮੈਂ ਪੁੱਛਿਆ ਵੀ ਤੇਰੀ ਬੈਕਗਰਾਊਂਡ ਕੀ ਹੈ, ਕਹਿੰਦੇ ਮੈਨੂੰ ਪਤਾ ਨਹੀਂ ਲੱਗਦਾ ਮੈਂ ਕਿੱਥੋਂ ਸ਼ੁਰੂ ਕਰਾਂ, ਮੈਂ ਕਿੱਥੋਂ ਮਰਜ਼ੀ ਸ਼ੁਰੂ ਕਰਾਂ। ਕਹਿੰਦੇ ਮੈਂ ਪਹਿਲੇ ਮਾਸਟਰਸ ਕੀਤੀ ਫਿਰ ਪੀ ਐਚ ਡੀ ਕੀਤੀ ਐਂਥਰੋਪੋਲੋਜੀ 'ਚ, ਫਿਰ ਮਾਸਟਰਸ ਅਤੇ ਪੀ ਐਚ ਡੀ ਕੀਤੀ ਸਾਈਕੋਲੋਜੀ 'ਚ, ਫਿਰ ਮਾਸਟਰਸ ਅਤੇ ਪੀ ਐਚ ਡੀ ਕੀਤੀ ਸੋਸ਼ੀਓਲੋਜੀ 'ਚ, ਫਿਰ ਮੈਂ ਮਾਸਟਰਸ ਆਫ ਲਾਅ ਕੀਤਾ ਅਤੇ ਫਿਰ ਮੈਂ ਡਾਕਟਰ ਆਫ ਡਿਵਿਨਿਟੀ ਕੀਤੀ। ਮੈਂ ਕਿਹਾ ਤੂੰ ਇੰਨਾ ਕੁਛ ਕਿਉਂ ਕਰਦੀ ਰਹੀ? ਕਹਿੰਦੀ ਨਹੀਂ, ਮੇਰੇ ਦਾਦੇ ਨੇ ਮੈਨੂੰ ਕਿਹਾ ਸੀ ਬੇਟੀ ਤੂੰ ਇੰਨਾ ਪੜ੍ਹ ਜਾਈ ਕਿ ਦੁਨੀਆਂ ਵਿੱਚ ਤੇਰਾ ਕੋਈ ਮੁਕਾਬਲਾ ਨਾ ਰਹੇ, ਅਤੇ ਹੁਣ ਮੇਰਾ ਦੁਨੀਆਂ ਵਿੱਚ ਕੋਈ ਮੁਕਾਬਲਾ ਹੈ ਨਹੀਂ। ਮੈਂ ਦਿਲ ਵਿੱਚ ਸੋਚਿਆ, ਮੈਂ ਕਿਹਾ ਤੁਸੀਂ ਜੀਓ? ਕਹਿੰਦੇ ਹਾਂ, ਮੈਂ ਆਈ ਪ੍ਰਾਊਡ ਟੂ ਬੀ ਏ ਜੀਓ। ਸਾਡੇ ਵਿੱਚੋਂ ਕਿੰਨੇ ਕੀ ਕਹਿ ਸਕਦੇ ਨੇ ਆਈ ਪ੍ਰਾਊਡ ਟੂ ਬੀ ਏ ਸਿੱਖ? ਜੇ ਅਸੀਂ ਨਹੀਂ ਕਹਿ ਸਕਦੇ ਨਾ ਤਾਂ ਫਿਰ ਸਮਝੋ ਬਹੁਤ ਗੜਬੜ ਹੋ ਗਈ। ਜਿਹਦੇ ਨਾਲ ਅਸੀਂ ਸਾਰੇ ਫੜਦਿਨ ਫੜਦਿਨ ਇਹ ਕਰ ਕਹਿ ਸਕਾਂਗੇ ਆਈ ਪ੍ਰਾਊਡ ਟੂ ਬੀ ਏ ਸਿੱਖ, ਉਦੋਂ ਗੱਲ ਬਣੀ। ਇਹ ਫਰਕ ਸੀ ਜਦੋਂ ਜਿਊਸ ਨੂੰ ਯਹੂਦੀਆਂ ਨੂੰ ਸਾਰਿਆਂ ਨੂੰ ਕੱਢਿਆ ਨਾ ਹਿਟਲਰ ਨੇ ਜਰਮਨੀ ਚੋਂ, ਅਤੇ ਵਿਚਾਰੇ ਜਿਹੜੇ ਬਚ ਕੇ ਉਹ ਨਿਕਲ ਆਏ। ਉਹਨਾਂ ਐਮਸਟਰਡੈਮ ਵਿੱਚ ਕਾਨਫਰੰਸ ਕੀਤੀ, ਉਹਦੇ 'ਚ ਇਹ ਸੋਚਿਆ ਕਿ ਹੁਣ ਅਸੀਂ ਕਰਨਾ ਕੀ ਹੈ ਅੱਗੋਂ ਵਾਸਤੇ। ਕਈ ਰੈਜ਼ੋਲੂਸ਼ਨ ਪਾਸ ਕੀਤੇ ਪਰ ਦੋ ਰੈਜ਼ੋਲੂਸ਼ਨ ਬੁਨਿਆਦੀ ਸਨ। ਪਹਿਲਾ ਇਹ ਸੀ ਕਿ ਆਪਣੇ ਬੱਚਿਆਂ ਨੂੰ ਇੰਨਾ ਪੜ੍ਹਾਓ ਕਿ ਉਹਨਾਂ ਦਾ ਦੁਨੀਆਂ ਵਿੱਚ ਕੋਈ ਮੁਕਾਬਲਾ ਨਾ ਰਹੇ। ਸਾਡੇ ਕੋਲ ਕੋਈ ਉਹ ਸੋਚਣ ਵਾਲਾ ਵੀ ਹੈ ਨਹੀਂ। ਸਾਡਾ ਤਾਂ ਇਹ ਹੈ ਉਹ ਕੀ ਪੜ੍ਹਾ ਕੇ ਲੈਣਾ ਬੱਚੇ ਨੂੰ, ਤੇ ਖੇਤੀ ਦੇ ਕੰਮਾਂ ਵਿੱਚ ਜਾਊ, ਪੜ੍ਹਾਉਣ ਦਾ ਕੀ ਫਾਇਦਾ, ਬਿਜ਼ਨਸ ਆਪਣੇ 'ਚ ਹੀ ਲਾਉਣਾ। ਅਸੀਂ ਇਸ ਤਰ੍ਹਾਂ ਸੋਚ ਰਹੇ, ਜੇ ਦੁਨੀਆਂ ਵਿੱਚ ਕਿਸੇ ਨੇ ਖਲੋਣਾ ਤੇ ਫਿਰ ਦੁਨੀਆਂ ਦਾ ਬਿਹਤਰੀਨ ਹੋਏਗਾ ਤੇ ਖਲੋ ਸਕੇਗਾ, ਨਹੀਂ ਤਾਂ ਨਹੀਂ ਖਲੋ ਸਕਦਾ। ਸਾਡੀ ਕੌਮ ਨੇ ਅਜੇ ਤੱਕ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ ਕਿ ਅਸੀਂ ਬਿਹਤਰੀਨ ਬਣਨਾ। ਦੂਜਾ ਰੈਜ਼ੋਲੂਸ਼ਨ ਉਹਨਾਂ ਇਹ ਕੀਤਾ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਮਜ਼ਹਬ ਬਾਰੇ ਸਾਰੀ ਇਨਫੋਰਮੇਸ਼ਨ ਦੇਣੀ ਹੈ, ਉਹਨਾਂ ਨੂੰ ਗਿਆਨ ਕਰਾਉਣਾ ਵੀ ਅਸੀਂ ਕੌਣ ਹਾਂ, ਔਰ ਗਿਆਨ ਇਸ ਤਰ੍ਹਾਂ ਕਰਾਉਣਾ ਕਿ ਉਹਨਾਂ ਨੂੰ ਇਹ ਲੱਗੇ ਕਿ ਵੀ ਕੈਨ ਬੀ ਪ੍ਰਾਊਡ ਆਫ ਇਟ। ਅਸੀਂ ਆਪਣਾ ਸਾਡਾ ਜਿਹੜਾ ਧਰਮ ਹੈ ਨਾ ਉਹ ਬੜੇ ਪ੍ਰਾਈਡ ਵਾਲਾ ਧਰਮ ਹੈ, ਸਾਡੀ ਹਿਸਟਰੀ ਬੇ ਇੰਤਹਾ ਪ੍ਰਾਈਡ ਵਾਲੀ ਹੈ, ਪਰ ਅਸੀਂ ਪੜ੍ਹਨੀ ਛੱਡ ਦਿੱਤੀ। ਜੇ ਅਸੀਂ ਨਾ ਵਾਕਫ ਹਾਂ ਤੇ ਫਿਰ ਉਹ ਪ੍ਰਾਈਡ ਕਿੱਥੋਂ ਆ ਸਕੇਗਾ?
ਉਹ ਫਾਰਸੀ ਚ ਕਹਾਵਤ ਹੈ ਪਿਦਰਮ ਸੁਲਤਾਨ ਬੂਥ ਤੁਰਾ ਚੇ, ਕਿ ਮੇਰਾ ਪਿਓ ਬਾਦਸ਼ਾਹ ਹੁੰਦਾ ਸੀ, ਉਲਝਾ ਹੁੰਦਾ ਹੋਣਾ ਤੇਰਾ ਕੀ ਹੈ, ਤੂੰ ਕੀ ਹੈ। ਜੇ ਅਸੀਂ ਉਹਨਾਂ ਵਰਗੇ ਹੋਣਾ ਜਿਹੜੇ, ਤੇ ਪਹਿਲਾਂ ਉਹਨਾਂ ਦਾ ਪਤਾ ਕਰੀਏ ਨਾ ਕੌਣ ਸਨ ਕੀ ਕਰ। ਜੇ ਅਸੀਂ ਉਹਨਾਂ ਵਰਗੇ ਹੋਣਾ ਜਿਹੜੇ, ਤੇ ਪਹਿਲਾਂ ਉਹਨਾਂ ਦਾ ਪਤਾ ਕਰੀਏ ਨਾ ਕੌਣ ਸਨ ਕੀ ਕਰਦੇ ਸਨ। ਅੱਜ ਅਸੀਂ ਅੰਦਰ ਵਸਾਉਣ ਦੀ ਗੱਲ ਕਰੀਏ। ਮੈਂ 84 ਸਾਲ ਦੀ ਉਮਰ ਚ ਇੱਥੇ ਆ ਕੇ ਜਿਹੜੇ ਗੱਲਾਂ ਸੁਣੀਆਂ, ਮੈਂ ਗਦਗਦ ਹੋ ਗਿਆ, ਮੇਰਾ ਇਮਾਨ ਤਾਜ਼ਾ ਹੋ ਗਿਆ। ਔਰ ਮੈਂ ਸੋਚਦਾ ਸਾਂ, ਕਦੇ ਦਿਲ ਚਾਹੁੰਦਾ ਸੀ ਪੰਥ ਤਾਂ ਕੀ ਬਣੇਗਾ। ਅੱਜ ਮੈਨੂੰ ਕੋਈ ਹਿਚਕਚਾਹਟ ਨਹੀਂ ਇਹ ਸੋਚਣ ਚ ਕਿਤੇ ਸਾਡੇ ਕੋਲ ਇਸ ਤਰ੍ਹਾਂ ਦੇ ਬੰਦੇ ਨੇ ਜਿਹੜੇ ਮੇਰੇ ਤੋਂ ਪਹਿਲਾਂ ਤੁਹਾਡੇ ਨਾਲ ਹਮ ਕਲਾਮ ਹੋ ਕੇ ਗਏ, ਤੇ ਪੰਥ ਦਾ ਕੁਝ ਨਹੀਂ ਵਿਗੜਨ ਲੱਗਿਆ, ਸਾਰਾ ਕੁਝ ਸਹੀ ਹੋਏਗਾ। ਇੱਕ ਇੱਕ ਬੰਦਾ ਜਿਹੜਾ ਇੱਥੇ ਬੈਠਾ ਹੋਇਆ, ਜੇ ਇੱਥੋਂ ਜੋ ਗੱਲਾਂ ਹੋਈਆਂ ਜੇ ਤੁਸੀਂ ਆਪਣੇ ਨਾਲ ਲੈ ਜਾਓ, ਅੰਦਰ ਵਸਾ ਲਓ, ਦੂਜੇ ਕੰਨ ਚੋਂ ਨਿਕਲਣ ਨਾ ਦੇ ਜੇ, ਨਾ ਮੂੰਹ ਚੁੱਕਣ ਦਿਆ ਜੇ ਕਿ ਬੜੇ ਅੱਛੇ ਲੈਕਚਰ ਹੋਏ। ਜੇ ਅੰਦਰ ਵਸਾ ਲਓਗੇ ਤੇ ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।